इतनी तपस्या इतने भारी जाप करने वाले भी जे भाई गुरु साहब के हुक्म की उलंघना की है तो सतखंड ने संसार कढ़िया गया। सतगुरु जी वापस आए, गुरु नानक देव जी के दर्शन किए। महाराज ने पूछा भाई वेख आए हो? कहते हां जी। नाले प्रश्न उठा दिता कि सच्चे पातशाह राह दे विच जिहड़े लोग मिले है जिन्हां दा मूंह पिछे नूं सी ते पैर अगांह नूं सी ਉਹ ਕੌਣ ਲੋਕ ਸਨ? ਕਿਰਪਾ ਕਰਕੇ ਆਪ ਜੀ ਦੱਸੋ। ਮਹਾਰਾਜ ਕਹਿਣ ਲੱਗੇ ਭਾਈ ਉਹ ਲੋਕ ਸਨ ਜਿਹੜੇ ਕਰਜ਼ਾ ਲੈ ਕੇ ਤੇ ਪਿੱਛੋਂ ਮੁੱਕਰ ਗਏ ਹੈ, ਉਹਨਾਂ ਦੀ ਐਸੀ ਹਾਲਤ ਹੈ ਜਿਹੜੇ ਬੇਮੁੱਖ ਹੋ ਗਏ ਹਨ। ਸੋ ਸਤਿਗੁਰੂ ਗਰੀਬ ਨਿਵਾਸ ਜੀ ਜਿਹਨਾਂ ਦਾ ਮੂੰਹ ਕਾਲਾ ਹੈ ਉਹ ਲੋਕ ਕੌਣ ਸਨ? ਤਾਂ ਸਤਿਗੁਰੂ ਜੀ ਨੇ ਉਸ ਵੇਲੇ ਕਿਹਾ ਸੀ ਜਿਹੜੇ ਭਾਈ ਸੰਗਤ ਵਿੱਚ ਆਉਂਦੇ ਹੈ, ਅਰਦਾਸ ਕਰਦੇ ਹੈ, ਭਾਵਨਾ ਪੂਰੀ ਹੋ ਜਾਂਦੇ ਹੈ ਤੇ ਫਿਰ ਗੁਰੂ ਘਰ ਦੀ ਜਿਹੜੀ ਭੇਟਾ ਸੁੱਖੀ ਹੁੰਦੀ ਹੈ ਉਹ ਦਿੰਦੇ ਨੇ। ਬੇਮੁੱਖ ਹੋਣ ਦੇ ਕਾਰਨ ਉਹਦੇ ਮੂੰਹ ਕਾਲੇ ਕੀਤੇ ਜਾਂਦੇ ਆ। ਉਹ ਲੋਕ ਸੀ ਮੇਰੇ ਜੀ ਅੰਨ ਬਹੁਤਾ ਹੋ ਜਾਵੇ, ਮੇਰੇ ਜੀ ਪੁੱਤਰ ਜੰਮਣ, ਹੋਰ ਅਨੇਕ ਪ੍ਰਕਾਰ ਦੀਆਂ ਮੰਗਾਂ ਜੀਵਨ ਦੀਆਂ ਹਨ। ਉਹ ਗੁਰੂ ਘਰ ਵਿੱਚ ਜਿਹੜੇ ਪੂਰੀਆਂ ਹੁੰਦੀਆਂ ਤੇ ਮੈਂ ਨੰਗੀ ਤੇ ਖਵਾਜਾ ਵਿਸਰਿਆ ਵਾਲੀ ਹਾਲਤ ਬਣ ਜਾਂਦੀ। ਕਹਿੰਦੇ ਸਾਨੂੰ ਗੁਰੂ ਨੇ ਕੀ ਦਿੱਤਾ ਹੈ? ਉਹਨਾਂ ਦੇ ਮੂੰਹ ਭਾਈ ਕਾਲੇ ਕੀਤੇ ਜਾਂਦੇ ਹੈ। ਸੱਚੇ ਪਾਤਸ਼ਾਹ ਅੱਗੇ ਹੋਰ ਵੇਖੇ ਸੀ ਧੌਣਾਂ ਦੇ ਵਿੱਚ ਕਿੱਲੇ ਛੁੱਟੇ ਹੋਏ ਸੀ। ਸਤਿਗੁਰੂ ਜੀ ਕਹਿਣਗੇ ਭਾਈ ਉਹ ਲੋਕ ਹਨ ਜਿਹੜੇ ਗੁਰੂ ਦਾ ਸਰੂਪ ਦੇਖ ਕੇ ਉੱਠਦੇ ਨਹੀਂ, ਆਕੜ ਨਾਲ ਬੈਠੇ ਰਹਿੰਦੇ ਆ ਕਈਆਂ ਥਾਵਾਂ ਤੇ। ਵੇਖਿਆ ਜਿਹੜੇ ਬਹੁਤੇ ਧਨੀ ਤੇ ਬਹੁਤੇ ਤਕੜੇ ਮਾਇਆ ਧਾਰੀ ਹੈ, ਸਤਿਗੁਰ ਦਾ ਸਰੂਪ ਜਾਂਦਾ ਹੋਵੇ ਉੱਠਣਾ ਤਾਂ ਕਿਧਰੇ ਰਹਿ ਗਿਆ, ਲੰਮੇ ਭਾਵੇਂ ਪੈ ਜਾਣ, ਜੁੱਤੀ ਪਾ ਕੇ ਉੱਥੇ ਤਰ੍ਹਾਂ ਬੈਠੇ ਰਹਿੰਦੇ, ਕਦੇ ਸਤਿਕਾਰ ਵਿੱਚ ਖੜੇ ਨਹੀਂ ਹੁੰਦੇ। ਮਹਾਰਾਜ ਕਹਿੰਦੇ ਭਾਈ ਮਾਸ ਜੇ ਦੇਹ ਪਾ ਕੇ ਤਾਂ ਉੱਠ ਕੇ ਖੜੇ ਨਹੀਂ ਹੋਏ, ਹੁਣ ਉਹਨਾਂ ਨੂੰ ਟੇਢੀਆਂ ਚੂਨਾ ਵਿੱਚ ਪਾ ਕੇ ਧੌਣ ਵਿੱਚ ਕਿੱਲੇ ਛੁੱਕੇ ਹੋਏ ਹੈ, ਕਿਉਂਕਿ ਆਕੜ ਦੇ ਨਾਲ ਉਹਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਉਹਨਾਂ ਦਾ ਮੱਥਾ ਨਿਵਿਆ ਨਹੀਂ। ਤਾਂ ਜੋ ਗੁਰੂ ਸਾਹਿਬ ਨੇ ਹੁਕਮ ਕੀਤਾ ਨਾ ਜੋ ਸਿਰ ਸਾਈ ਨਾ ਨਿਵੈ ਉਹ ਸਿਰ ਕੀਜਾ ਕਾਏ, ਉਹਨਾਂ ਹੇਠ ਜਲਾਈਆ ਬਾਲਣ ਸਿੰਘ ਦਾ ਸਾਏ, ਉਹਨੂੰ ਬਾਲਣ ਦਾ ਸਾਹ ਸਾੜ ਦੇਣਾ ਚਾਹੀਦਾ ਹੈ ਤੇ ਸਿਰ ਨੂੰ ਜਿਹੜਾ ਸਤਿਗੁਰ ਦੇ ਚਰਨਾਂ 'ਚ ਸੀਸ ਨਿਉਂਦਾ ਨਹੀਂ ਹੈ। ਸੀਸ ਨਵਾਇਆ ਕਹਿ ਪਰਾ ਸਭ ਪਾਪਣ ਕੀ ਪੋਟ, ਤਾਂ ਤੇ ਸੀਸ ਨਵਾਇਆ ਲੱਗਣ ਜਮ ਕੀ ਚੋਟ, ਜਮਦੂਤਾਂ ਦੀ ਚੋਟ ਨਹੀਂ ਲੱਗੇਗੀ ਖਾਲਸਾ ਜੀ ਜਿਹੜਾ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਪਣਾ ਮਸਤਕ ਨਵਾਵੇਗਾ। ਸੋ ਸਤਿਗੁਰੂ ਜੀ ਅੱਗੇ ਜੋ ਵੇਖੇ ਹੈ, ਸੋ ਲੜਕੀਆਂ ਬੰਦੇ ਦਾ ਮਾਸ ਖਾ ਰਹੀਆਂ। ਮਹਾਰਾਜ ਕਹਿਣਗੇ ਭਾਈ ਉਹ ਹਨ ਜਿਹੜੇ ਇਸ ਮਾਸ ਲੋਕ ਵਿੱਚ ਆਪਣੀਆਂ ਪੁੱਤਰੀਆਂ ਨੂੰ ਮਾਇਆ ਦੇ ਲਾਲਚ ਵਿੱਚ ਵੇਚਦੇ ਹੈ, ਪੈਸੇ ਲੈ ਕੇ ਧੀਆਂ ਦਾ ਵਿਆਹ ਕਰਦੇ ਹੈ। ਉਹ ਲੜਕੀਆਂ ਨੂੰ ਖਰਾਬ ਤੋਂ ਖਰਾਬ ਬੰਦੇ ਦੇ ਨਾਲ ਤੋੜਿਆ ਜਾਂਦਾ ਲਾਲਚ ਵਿੱਚ। ਲੜਕੀਆਂ ਦੇ ਮਨ ਵਿੱਚ ਤਮੰਨਾ ਰਹੀ ਹੈ ਕਿ ਸਾਡੇ ਮਾਤਾ ਪਿਤਾ ਨੇ ਸਾਡੇ ਨਾਲ ਵੈਰ ਕਰਕੇ ਜ਼ਬਰਦਸਤੀ ਮਾਇਆ ਦੇ ਲਾਲਚ ਵਿੱਚ ਆ ਕੇ ਸਾਨੂੰ ਕੁਕਰਮੀਆਂ ਤੇ ਜੇ ਸ਼ਰਾਬੀ ਲੋਕਾਂ ਨਾਲ ਤੋੜ ਦਿੱਤਾ ਹੈ ਤੇ ਸਾਡਾ ਸਮਾਂ ਆਵੇ ਅਸੀਂ ਵੀ ਇਹਨਾਂ ਤੋਂ ਹੱਕ ਲਈਏ। ਭਾਈ ਅਗਲੇ ਜਨਮ ਵਿੱਚ ਉਹ ਆਪਣਾ ਬਦਲਾ ਲੈਣ ਵਾਸਤੇ ਆਪਣੇ ਮਾਂ ਪਿਓ ਦਾ ਉਹ ਮਾਸ ਖਾਂਦੀਆਂ, ਉਹ ਐਸੀ ਸ਼ਕਲ ਤਾਂ ਤੁਹਾਨੂੰ ਦਿੱਤੀ ਸੀ। ਸੋ ਅੱਗੇ ਤੋਂ ਅਸੀਂ ਮੁੱਲ ਚੱਲੀਆਂ ਲੜਕੀਆਂ ਦਾ ਤੇ ਜਾਂ ਮਾਤ ਲੋਕ ਵਿੱਚ ਮੁੱਲ ਪੈਂਦਾ ਡੰਗਰਾਂ ਦਾ, ਤੇ ਅੱਜ ਖਾਲਸਾ ਜੀ ਮੁੰਡਿਆਂ ਦਾ ਵੀ ਮੁੱਲ ਪੈਣ ਲੱਗ ਗਿਆ, ਲੜਕੀਆਂ ਦਾ ਵੀ ਪਈ ਜਾਂਦਾ। ਰਿਸ਼ਤਾ ਕਰਨਾ ਹੋਵੇ ਸੱਦ ਲੈਂਦੇ ਇੱਕ ਦੂਜੇ ਨੂੰ, ਲੜਕੀ ਵੀ ਨਾਲ, ਲੜਕਾ ਵੀ, ਮਾਂ ਪਿਓ ਵੀ ਸਾਰਿਆਂ ਪਾਸਿਆਂ ਤੋਂ ਬੈਠ ਜਾਂਦੇ ਆ, ਸੌਦਾ ਸ਼ੁਰੂ ਹੋ ਜਾਂਦਾ। ਦੱਸੋ ਕੀ ਦੇਵੋਂਗੇ? ਕੜਾ, ਘੜੀ, ਹੋਰ ਅਨੇਕ ਪ੍ਰਕਾਰ ਦੀਆਂ ਚੀਜ਼ਾਂ, ਟੈਲੀਵਿਜ਼ਨ, ਰੇਡੀਓ, ਕਾਰ, ਮੋਟਰਸਾਈਕਲ, ਸੌਦਾ ਪੱਕ ਜਾਂਦਾ। ਫਿਰ ਪੁੱਛਦੇ ਮੁੰਡੇ ਕੁੜੀ ਨੂੰ ਤੁਸੀਂ ਪਸੰਦ ਕਰ ਲਓ ਭਾਈ ਇੱਕ ਦੂਜੇ ਨੂੰ? ਆ ਚੰਡੀਗੜ੍ਹ ਇੱਕ ਵਾਰ ਵੇਖਿਆ ਹੀ ਸੀ ਐਸਾ ਸੀਨ, ਚਾਹ ਚ ਕਿਹੜੋ ਗੱਲ ਮੁੱਕ ਗਈ। ਲੜਕੀ ਅੰਮ੍ਰਿਤਧਾਰੀ ਸੀ, ਸੀ ਬੜੀ ਸਿਆਣੀ, ਉਹ ਕਹੇਗਾ ਜੇ ਪਿਤਾ ਜੀ ਮੈਨੂੰ ਵੀ ਆ ਗਿਆ ਹੈ ਆਜ਼ਾਦੀ ਹੈ। ਕਹਿੰਦੇ ਹਾਂ ਬੀਬੀ ਤੈਨੂੰ ਵੀ ਆਜ਼ਾਦੀ, ਤੂੰ ਵੀ ਕਰ ਜਿਹੜਾ ਕੁਝ ਕਹਿਣਾ। ਕਹੇਗੀ ਜੀ ਬਾਕੀ ਚੀਜ਼ਾਂ ਤਾਂ ਸਾਰੀਆਂ ਠੀਕ ਹੈ, ਮੁੰਡਾ ਨਹੀਂ ਮੈਨੂੰ ਪਸੰਦ, ਕਿਸੇ ਦੇ ਪੱਲੇ ਕੱਟ ਨਹੀਂ ਰਿਹਾ, ਤੂੰ ਹੱਥ ਝਾੜ ਕੇ ਉੱਠ ਗਏ ਸੀ, ਡੰਗਰਾਂ ਨਾਲੋਂ ਵੀ ਵੱਧ ਗੁਰੂ ਤੇ ਪਿਆਰਿਓ, ਇਹ ਸਮਾਂ ਭਿਆਨਕ ਬਣ ਗਿਆ ਹੈ। ਪਸ਼ੂ ਦਾ ਮੁੱਲ ਤਾਂ ਹੋਇਆ 200-400 ਜਾਂ 1000, ਅੱਜ ਦੇ ਹਿਸਾਬ ਨਾਲ ਜ਼ਿਆਦਾ ਹੀ ਬਣ ਜਾਂਦਾ ਹੈ। ਹੁਣ ਮੁੰਡੇ ਕੁੜੀਆਂ ਮੰਡੀਆਂ ਤੇ ਵਿਕਣ ਲੱਗ ਪਈਆਂ, ਐਸੀ ਹਾਲਤ ਹੋ ਗਈ ਹੈ। ਸੋ ਸਤਿਗੁਰੂ ਗਰੀਬ ਨਿਵਾਸ ਜੀ ਕਹਿੰਦੇ ਹਨ, ਇਹ ਗੁਰੂ ਗਰੀਬ ਨਿਵਾਸ ਜੀ ਨੇ ਰਹਿ ਰਾਮ ਸਾਹਿਬ ਦਾ ਪਾਠ ਸੰਪੂਰਨ ਕੀਤਾ ਤੇ ਗੁਰੂ ਅੰਗਦ ਦੇਵ ਜੀ ਨੂੰ ਸੁਣ ਸਮਾਧੀਆਂ ਦੇ ਦਰਸ਼ਨਾਂ ਦੁਆਰਾ ਇਹ ਖਾਲਸਾ ਜੀ ਸਾਰਾ ਸੀਨ ਵਿਖਾਇਆ ਹੈ।
इस वास्ते रहराज साहब का जो पाठ है यह मिलता प्रति करना हर सिख वास्ते बड़ा भारी जरूरी है। सतगुरु सच्चे पातशाह गुरु सतखंड थां बख्श देन, अंत रहराज साहब का नितनेमी होवे।